ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬੀ ਮੇਨੀਆ ਤੇ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਾਉਣ ਲੱਗੇ ਹਾਂ ਮਨੀ ਔਜਲਾ ਭਾਜੀ ਨਾਲ। ਭਾਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਮੇਨੀਆ ਤੁਹਾਡਾ ਬਹੁਤ ਬਹੁਤ ਸਵਾਗਤ। ਥੈਂਕ ਯੂ ਜੀ ਯਾਰ, ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਭਾਜੀ ਲੈਕਚਰ 2 ਅੱਜ ਗਾਣਾ ਰਿਲੀਜ਼ ਹੋ ਗਿਆ, ਕਿੱਦਾਂ ਦਾ ਫੀਲ ਹੋ ਰਿਹਾ? ਬਹੁਤ ਵਧੀਆ ਫੀਲ ਹੋ ਰਿਹਾ ਜੀ, ਔਰ ਬੜੀ ਮਿਹਨਤ ਨਾਲ ਸਾਰੀ ਟੀਮ ਨੇ ਇਹਨੂੰ ਤਿਆਰ ਕੀਤਾ, ਔਰ ਹੋਪ ਕਿ ਜਿਹੜਾ ਸਰੋਤਿਆਂ ਦੀ ਜਿਹੜੀ ਉਮੀਦਾਂ 'ਤੇ ਖਰਾ ਉਤਰੂਗਾ। ਭਾਜੀ ਤੁਸੀਂ ਇਸ ਗਾਣੇ ਬਾਰੇ ਸੰਸੋ ਰਹੇ, ਥੋੜ੍ਹਾ ਜਿਹਾ ਦੱਸੋ। ਇਹ ਗਾਣਾ ਜੀ ਇੱਕ ਕਾਲਜ ਲਾਈਫ ਦਾ ਗਾਣਾ ਆ, ਔਰ ਕਾਲਜ ਲਾਈਫ ਤੋਂ ਕਿੱਦਾਂ ਉਹਨੂੰ ਪਿਆਰ ਹੁੰਦਾ ਆ ਅਤੇ ਕਿੱਦਾਂ ਉਹਦਾ ਵਿਆਹ ਹੁੰਦਾ ਹੈ, ਉਹ ਪੂਰੀ ਇੱਕ ਸਟੋਰੀ ਇਸ ਗਾਣੇ ਦੇ ਵਿੱਚ। ਔਰ ਇਹਨੂੰ ਵਾਈਟ ਹਿਲ ਮਿਊਜ਼ਿਕ ਨੇ ਰਿਲੀਜ਼ ਕੀਤਾ ਆ ਅਤੇ ਪ੍ਰਜੈਂਟੇਸ਼ਨ ਆ ਅਨੂਪ ਭਾਜੀ ਦੀ, ਔਰ ਬਹੁਤ ਜਲਦੀ ਇਹਦੇ ਵਿੱਚ ਜਿੱਦਾਂ ਚੇਂਜ ਓਵਰਸ ਇੱਦਾਂ ਕੀਤੇ ਨੇ ਮਿਊਜ਼ਿਕ ਦੇ ਵਿੱਚ ਵੀ ਕਿ ਥੋੜ੍ਹਾ ਡਿਫਰੈਂਟ ਆ, ਲਾਈਕ ਜੋ ਇਹਨੂੰ ਕਹਿ ਲਓ ਕੁਛ ਫੋਕ ਦਾ ਫਿਊਜ਼ਨ ਆ ਅਤੇ ਕੁਛ ਅੱਜ ਕੱਲ੍ਹ ਦੀ ਗੱਲ ਆ, ਸੋ ਉਹਨੂੰ ਮਿਕਸ ਕਰਕੇ। ਜੀ ਕਾਲਜ ਦਾ ਕੰਸੈਪਟ ਕਿੱਥੋਂ ਆਇਆ, ਕੀ ਤੁਹਾਡੇ ਆਪ ਵੀ ਇੱਥੇ ਆਏ ਕੰਸੈਪਟ? ਕਿ ਮੈਂ ਇੱਕ ਪਹਿਲਾਂ ਵੀ ਗਾਣਾ ਬਣਾਇਆ ਸੀ ਲੈਕਚਰ ਲਾ ਕੇ, ਉਹ ਮਿਊਜ਼ਿਕ ਮੈਂ ਕੀਤਾ ਸੀ, ਲਿਰਿਕਸ ਮੇਰੇ ਸੀ, ਗਾਇਆ ਸੀ ਨਛੱਤਰ ਗਿਆ ਭਾਈ, ਅਤੇ ਉਦੋਂ ਵੀ ਮੈਂ ਇੱਕ ਕਾਲਜ ਦੀ ਸਟੋਰੀ ਕ੍ਰੀਏਟ ਕੀਤੀ ਸੀ, ਅਤੇ ਇਹ ਆਪਦੀਆਂ ਗੱਲਾਂ ਹੀ ਆ ਜਿਹੜੀਆਂ ਆਪਾਂ ਗਾਣੇ 'ਚ ਲਿਖ ਲਈਦੀ। ਸੋ ਉੱਦਾਂ ਦਾ ਇਹਨੂੰ ਇਹ ਸਾਰੇ ਅੱਜ ਕੱਲ੍ਹ ਦੇ ਯੂਥ ਇਹ ਚੀਜ਼ ਐਕਸਪੀਰੀਅੰਸ ਕਰਦੇ ਆ ਜੀ। ਅਤੇ ਭਾਅ ਜੀ ਤੁਸੀਂ ਇਹ ਅਨੂਪ ਭਾਅ ਜੀ ਦਾ ਨਾਮ ਲਿੱਤਾ, ਅਨੂਪ ਭਾਅ ਜੀ ਨਾਲ ਤੁਹਾਨੂੰ ਇੰਨੇ ਸਾਲਾਂ ਤੋਂ ਕੰਮ ਕਰ ਰਹੇ ਹੋ, ਬਿਲਕੁਲ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਉਹਨਾਂ? ਬਹੁਤ ਵਧੀਆ ਜੀ, ਇਟਸ ਬਿਨ 16 ਈਅਰਸ ਵਿਦ ਅਨੂਪ ਭਾਅ ਜੀ। 16 ਸਾਲ, ਔਰ ਬਹੁਤ ਵਧੀਆ ਸਫ਼ਰ ਰਿਹਾ, ਔਰ ਪਰਮਾਤਮਾ ਕਰੇ ਵੀ ਇੱਦਾਂ ਹੀ ਸਫ਼ਰ ਚੱਲਦਾ। ਠੀਕ ਹੈ ਭਾਅ ਜੀ, ਤੁਹਾਡੀ ਗੱਲ ਕੀਤੀ ਜਾਵੇ, ਤੁਸੀਂ ਹਨੀ ਸਿੰਘ ਭਾਅ ਜੀ ਨਾਲ ਬਹੁਤ ਕੰਮ ਕੀਤਾ ਜੀ, ਹੁਣ ਹਨੀ ਸਿੰਘ ਭਾਅ ਜੀ ਵਾਪਸ ਵੀ ਆ ਰਹੇ, ਉਹਨਾਂ ਬਾਰੇ ਕੁਝ ਦੱਸੋ ਕਿ ਤੁਹਾਡੇ ਨਾਲ ਉਹਨਾਂ ਨਾਲ ਕੋਈ ਪ੍ਰੋਜੈਕਟ ਆ ਰਿਹਾ ਅਗਲਾ? ਨਹੀਂ, ਹੁਣ ਸਾਰੇ ਇੰਡੀਵਿਜੁਅਲੀ ਕਰ ਰਹੇ, ਔਰ ਭਾਅ ਜੀ ਇਜ਼ ਡੂਇੰਗ, ਉਹ ਆਪਣਾ ਵੈਲ ਕਰ ਰਹੇ, ਅਸੀਂ ਆਪਣਾ ਵੱਲੋਂ ਕੋਸ਼ਿਸ਼ਾਂ ਕਰ ਰਹੇ, ਸੋ ਬਾਕੀ ਸਰੋਤਿਆਂ ਦੇ ਸਾਰੇ ਪਿਆਰ ਦੇ ਰਹੇ। ਠੀਕ ਹੈ ਭਾਅ ਜੀ, ਹੁਣ ਗੱਲ ਕਰੀਏ ਤੁਹਾਡੀ ਆਪਦੀ ਜਰਨੀ ਦੀ, ਤੁਸੀਂ ਪੀ ਟੀ ਸੀ ਵਿੱਚ ਇੱਕ ਸ਼ੋਅ ਵੀ ਕੀਤਾ ਸੀਗਾ ਪਿੰਡ ਦੀਆਂ ਗਲੀਆਂ ਜੀ, ਉਸ ਤੋਂ ਬਾਅਦ ਤੁਸੀਂ ਗਾਣੇ ਖੁਦ ਬਣਾਉਂਦੇ ਹੋ ਵੀ, ਉਹ ਇੰਨਾ ਕੁਛ ਕਰਦੇ ਹੋ, ਆਪਦੀ ਜਰਨੀ ਬਾਰੇ ਦੱਸੋ, ਉਹਦੀ ਕਰਕੇ ਦੱਸ ਰਹੇ। ਬਹੁਤ ਵਧੀਆ ਜੀ, ਔਰ ਪਰਮਾਤਮਾ ਨੇ ਹਰ ਪੈਰ 'ਤੇ ਜੋ ਵੀ ਕੰਮ ਕੀਤਾ ਜ਼ਿੰਦਗੀ ਦੇ ਵਿੱਚ ਪੂਰਾ ਸਾਥ ਦਿੱਤਾ, ਔਰ ਸਰੋਤਿਆਂ ਨੇ ਬਹੁਤ ਪਿਆਰ ਦਿੱਤਾ ਹੈ, ਔਰ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਕਿ ਮੈਂ ਕੋਈ ਵੀ ਕੰਮ ਕੀਤਾ ਹੈ, ਕੋਈ ਵੀ ਐਫਰਟ ਕੀਤਾ, ਤੁਸੀਂ ਮੇਰੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ, ਔਰ ਹਮੇਸ਼ਾ ਮੇਰਾ ਸਾਥ ਦਿੱਤਾ, ਉਹ ਦਿਲੋਂ ਸਤਿਕਾਰ ਤੁਹਾਡਾ ਸਾਰਿਆਂ। ਭਾਅ ਜੀ ਅੱਜ ਕੱਲ੍ਹ ਫੇਕ ਵਿਊਜ਼ ਬੜੇ ਚੱਲ ਰਹੇ, ਲੋਕ ਫੇਕ ਵਿਊਜ਼ ਬਹੁਤ ਜ਼ਿਆਦਾ ਲੈਂਦੇ, ਤੁਹਾਡਾ ਉਸ ਬਾਰੇ ਕੀ ਕਹਿਣਾ? ਮੇਰੇ ਗਾਣੇ 'ਤੇ ਕਦੇ ਨਹੀਂ ਦਿਖਾ ਸਕਦੇ ਤੁਸੀਂ ਫੇਕ ਵਿਊ। ਅਤੇ ਭਾਅ ਜੀ ਦੇਖੋ, ਕੋਈ ਕੀ ਕਰਦਾ ਆ ਉਹਦੇ ਬਾਰੇ ਮੈਂ ਲਾਈਕ ਨਹੀਂ ਚਾਹੁੰਦਾ ਵੀ ਮੈਂ ਕੋਈ ਵਿਚਾਰ ਦੇਵਾਂ, ਪਰ ਮੈਨੂੰ ਇੰਨਾ ਪਤਾ ਵੀ ਆਪਾਂ ਠੀਕ ਰਹੀਏ ਉਹ ਜ਼ਿਆਦਾ ਬੈਟਰ। ਸੋ ਕਹਿੰਦੇ ਨਾ, ਸਾਧ ਨਾਲ ਕੀ, ਤੈਨੂੰ ਚੋਰ ਨਾਲ ਕੀ, ਆਪਣੀ ਨਿਬੇੜ ਕਿਸੇ ਹੋਰ ਨਾਲ ਕੀ, ਸੋ ਆਪਾਂ ਆਪਣੇ ਠੀਕ। ਭਾਅ ਜੀ ਤੁਹਾਡੇ ਫਾਦਰ ਸਾਹਿਬ ਪੱਤਰਕਾਰ ਨੇ ਜੀ, ਮਤਲਬ ਤੁਹਾਨੂੰ ਇੰਡਸਟਰੀ ਨਾਲ ਪਹਿਲੇ ਹੀ ਜੁੜੇ ਹੋਏ ਹੋ, ਬਿਲਕੁਲ। ਭਾਅ ਜੀ ਤੁਹਾਡੇ ਫਾਦਰ ਸਾਹਿਬ ਦਾ ਕਿੰਨਾ ਕੁ ਹੱਥ ਰਿਹਾ ਤੁਹਾਡੇ ਇਸ ਮੁਕਾਮ ਤੇ? ਬਹੁਤ ਯੋਗਦਾਨ ਰਿਹਾ ਉਹਨਾਂ ਦਾ, ਔਰ ਕਿਉਂਕਿ ਉਹ ਮੈਂ ਜਦੋਂ ਛੋਟਾ ਸੀ ਉਹ ਕਵਰੇਜ ਕਰਨ ਜਾਂਦੇ ਹੁੰਦੇ ਸੀ, ਅਤੇ ਮੈਂ ਉਹਨਾਂ ਨਾਲ ਚਲੇ ਜਾਣਾ, ਕਿਸੇ ਦਾ ਵੀ ਸ਼ੋਅ ਹੋਣਾ, ਬਸ ਉੱਥੋਂ ਹੀ ਜਿਹੜੀ ਮੇਰੇ ਲਗਨ ਜਿਹੜੀ ਇਹਦੀ ਮਿਊਜ਼ਿਕ ਦੀ ਪੈ ਗਈ ਸੀ। ਭਾਅ ਜੀ ਤੁਸੀਂ ਇੰਨਾ ਕੁਛ ਕਰਦੇ ਹੋ, ਲਿਖਦੇ ਵੀ ਹੋ, ਗਾਉਂਦੇ ਵੀ ਹੋ, ਫੈਮਿਲੀ ਨੂੰ ਵੀ ਟਾਈਮ ਦੇਣਾ ਹੁੰਦਾ, ਤੁਸੀਂ ਇੱਦਾਂ ਸਭ ਕੁਛ ਕੋਆਰਡੀਨੇਟ ਕਿਵੇਂ ਕਰਦੇ? ਆਪੇ ਬਾਬਾ ਕਰਾਈ ਜਾਂਦਾ ਜੀ, ਆਪਾਂ ਮਿਹਨਤ ਕਰੀ ਦੀ ਹੈ, ਔਰ ਫੈਮਿਲੀ ਨੂੰ ਵੀ ਟਾਈਮ ਦੇ ਹੋ ਜਾਂਦਾ, ਕੰਮ ਵੀ ਕਰ ਹੋ ਜਾਂਦਾ। ਮੈਂ ਤਾਂ ਕਈ ਵਾਰ ਇੱਦਾਂ ਹੁੰਦਾ, ਕਈ ਗਾਣੇ ਨਾਲ ਫੈਮਿਲੀ ਦੇ ਬਹਿ ਕੇ ਬਣਾ ਲੈਂਦਾ, ਜਿੱਦਾਂ ਅਸੀਂ ਸਾਰੇ ਇਕੱਠੇ ਬੈਠੇ ਤਾਂ ਮੈਂ ਉੱਥੇ ਵੀ ਬਣਾ ਲੈਂਦਾ। ਠੀਕ ਹੈ ਭਾਅ ਜੀ। ਭਾਅ ਜੀ ਵਾਈਟ ਹਿਲ ਸਟੂਡੀਓਜ਼ ਨਾਲ ਤੁਹਾਡਾ ਗਾਣਾ ਆ ਰਿਹਾ, ਉਹਨਾਂ ਨਾਲ ਤੁਹਾਡਾ ਐਕਸਪੀਰੀਅੰਸ ਬਾਰੇ ਦੱਸੋ। ਬਹੁਤ ਵਧੀਆ ਐਕਸਪੀਰੀਅੰਸ ਹੈ ਜੀ ਵਾਈਟ ਹਿਲ ਨਾਲ, ਔਰ ਬੜੀ ਮਿਹਨਤੀ ਟੀਮ ਹੈ ਸਾਰੀ, ਔਰ ਬਹੁਤ ਦਿਲੋਂ ਸ਼ਿੱਦਤ ਨਾਲ ਇਹ ਲੱਗੇ ਹੋਏ ਨੇ, ਔਰ ਮੈਂ ਇੱਕੋ ਦੁਆ ਕਰਦਾ ਵੀ ਇੱਦਾਂ ਹੀ ਇਹ ਟੀਮ ਬਰਕਰਾਰ ਰਹੇ, ਔਰ ਬਹੁਤ ਦਿਲੋਂ ਖੁਸ਼ੀ ਹੋਈ ਇਹਨਾਂ ਨਾਲ ਕੰਮ ਕਰਕੇ। ਭਾਅ ਜੀ ਕੋਈ ਹੋਰ ਪ੍ਰੋਜੈਕਟ ਆ ਰਿਹਾ ਤੁਹਾਡਾ ਵਾਈਟ ਹਿਲਸ ਨਾਲ? ਹੋਪਫੁਲੀ ਇਸ ਸਾਲ ਦੇ ਵਿੱਚ ਕਾਫੀ ਕੁਛ ਆ ਗਿਆ। ਭਾਅ ਜੀ ਗਾਣਿਆਂ 'ਚ ਵੀ ਆ ਗਿਆ, ਤੁਸੀਂ ਹਰੇਕ ਚੀਜ਼ ਆ ਗਏ, ਤੁਹਾਡੇ ਹੁਣ ਮੂਵੀਜ਼ ਬਾਰੇ ਕੀ ਖਿਆਲ? ਕੋਈ ਨਹੀਂ, ਆਇਆ ਵਾਈਟ ਹਿਲ ਵਾਲਿਆਂ ਨੇ ਕਰਾਈ ਦੇਣੀ ਹੈ ਹੁਣ, ਮੈਨੂੰ ਲੱਗ ਰਿਹਾ ਜਿੱਦਾਂ ਸਾਰੇ ਮੈਨੂੰ ਕੁਸ਼ਚਨ ਪੁੱਛ ਰਿਹਾ, ਮੈਨੂੰ ਲੱਗਦਾ ਫਿਰ ਹੁਣ ਮੂਵੀ ਆਈ ਜਾਊਗੀ। ਅਤੇ ਭਾਅ ਜੀ ਵੈਸੇ ਤੁਸੀਂ ਸੋਚਿਆ ਇਸ ਐਕਟਿੰਗ ਵਾਲੀ ਲਾਈਨ 'ਚ? ਹਾਂਜੀ ਕੁਛ ਨਹੀਂ ਸੋਚਿਆ ਜੀ, ਮੈਂ ਐਵੇਂ ਕਹਾਂ ਬਿਕੋਜ਼ ਮੈਨੂੰ ਲਾਸਟ 5 ਸਾਲਾਂ 5-6 ਸਾਲਾਂ ਤੋਂ ਆਫਰਸ ਬਹੁਤ ਆਈਆਂ ਮੂਵੀ ਦੀਆਂ, ਪਰ ਮੈਂ ਅਜੇ ਤੱਕ ਸੋਚਿਆ ਨਹੀਂ ਇਸ ਬਾਰੇ। ਭਾਅ ਜੀ ਇੱਕ ਚੀਜ਼ ਤੁਹਾਡੀ ਲੋਕਾਂ ਨਾਲੋਂ ਬਹੁਤ ਅਲੱਗ ਵੇਖੀ ਜਾਂਦੀ, ਤੁਸੀਂ ਹਮੇਸ਼ਾ ਗਰੁੱਪ ਵਿੱਚ ਕੰਮ ਕਰਦੇ ਹੋ ਜੀ, ਪਹਿਲੇ ਤੁਹਾਡਾ ਮਾਫੀਆ ਮੰਡੀਰ ਚੱਲੀ ਸੀ, ਹੁਣ ਮਾਫੀਆ ਬੋਇਜ਼ ਹੈ। ਭਾਅ ਜੀ ਕਿਉਂ ਪਹਿਲੇ ਮਾਫੀਆ ਮੰਡੀਰ ਹੁਣ ਮਾਫੀਆ ਬੋਇਜ਼, ਅਲੱਗ ਕਿਉਂ ਕੀਤਾ ਗਰੁੱਪ? ਨਹੀਂ ਗਰੁੱਪ 'ਚ ਲਾਈਕ ਉਹ ਇੱਕ ਗਾਣਾ ਕੀਤਾ ਸੀ ਅਸੀਂ, ਹਾਂਜੀ ਉਹ ਇਹਦੀ ਨਹੀਂ ਮਾਫੀਆ ਬੋਇਜ਼ ਦੇ ਵਿੱਚ ਇਹ ਨਹੀਂ ਕਿ ਗਰੁੱਪ ਕੋਈ ਲਾਂਚ ਹੋਇਆ ਸੀ, ਇੱਕ ਗਾਣਾ ਸੀਗਾ ਜੋ ਅਸੀਂ ਬੋਲੀਆਂ ਕੀਤੀਆਂ ਸੀ, ਉਸ ਤੋਂ ਬਾਅਦ ਤੁਸੀਂ ਕੋਈ ਦੇਖਿਓ ਉਹਦੇ 'ਚ ਕੋਈ ਗਾਣਾ ਨਹੀਂ ਹੈ, ਸੋ ਇੰਡੀਵਿਜੁਅਲੀ ਅਸੀਂ ਸਾਰੇ ਕਰ ਰਹੇ ਹਾਂ। ਅੱਛਾ ਹਾਂਜੀ। ਭਾਅ ਜੀ ਮਾਫੀਆ ਮੁੰਡੇ ਟੁੱਟ ਗਏ ਸੀ, ਉਹਦਾ ਰੀਜ਼ਨ ਕੀ ਸੀ? ਦੇਖੋ ਹਰ ਬੰਦੇ ਨੂੰ ਹੁੰਦਾ ਮੈਂ ਇੰਡੀਵਿਜੁਅਲੀ ਕੁਛ ਨਾ ਕੁਛ ਕਰਾਂ, ਔਰ ਮੇਰੇ ਕੋਲ
ਜੇ ਤੁਸੀਂ ਜ਼ਬਾਨ 'ਤੇ ਲਿਆਉਂਗੇ ਉਹ ਜ਼ਿਆਦਾ ਬੈਟਰ ਆਈ ਥਿੰਕ ਕਿ ਜੇ ਤੁਹਾਨੂੰ ਲੱਗਦਾ ਆ ਕਿ ਤੁਸੀਂ ਇੰਡੀਵਿਜੁਅਲੀ ਜ਼ਿਆਦਾ ਕਰ ਸਕਦੇ ਹੋ ਸੋ ਉਹ ਕਰਨਾ ਚਾਹੀਦਾ ਸਾਰਿਆਂ ਦਾ ਫੈਸਲਾ ਸੀ ਉਹ ਔਰ ਮੇਰੇ ਖਿਆਲ ਅੱਛਾ ਫੈਸਲਾ ਭਾਅ ਜੀ ਹੁਣ ਤੁਹਾਡੇ ਗਾਣਿਆਂ ਦੀ ਗੱਲ ਕਰੀਏ ਤੁਹਾਡੇ ਗਾਣੇ ਲੋਕਾਂ ਨੂੰ ਬਹੁਤ ਪਸੰਦ ਆਉਂਦੇ ਨੇ ਜੀ ਇਹ ਗਾਣਾ ਤੁਹਾਡਾ ਲੰਡਨ ਜੀ ਉਹ ਸਾਡੇ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਉਹਨਾਂ ਦੀ ਰਿਕੁਐਸਟ ਆਈ ਸੀ ਵੀ ਉਹ ਗਾਣਾ ਜ਼ਰੂਰ ਬੁਲਾਈਓ ਜਦੋਂ ਵੀ ਮਨੀ ਔਜਲਾ ਜੀ ਆਉਣਗੇ ਉਹ ਗਾਣਾ ਜੀ ਦੋ ਲਾਈਨ ਜੀ ਹੋ ਅੱਖਾਂ ਨੀਲੀਆਂ ਚ ਕਾਲਾ ਕਜਲਾ ਸ਼ਕੀਨ ਜੱਟ ਨਾ ਵੇ ਆਈ ਲੱਗਦੀ ਫਿਰ ਫਸਲਾਂ ਦੇ ਨਾਂ ਪੁੱਛਦੀ ਗੋਰੀ ਲੰਡਨ ਤੋਂ ਆਈ ਲੱਗਦੀ ਕਿਆ ਬਾਤ ਹੈ ਭਾਅ ਜੀ ਤੁਹਾਡੀ ਆਵਾਜ਼ ਬਹੁਤ ਵਧੀਆ ਭਾਅ ਜੀ ਹੁਣ ਆਪਾਂ ਗੇਮਾਂ ਖੇਡਦੇ ਹਾਂ ਤੁਹਾਡੇ ਨਾਲ ਪਹਿਲੀ ਗੇਮ ਹੈ ਰੈਪਿਡ ਫਾਇਰ ਠੀਕ ਹੈ ਤੁਸੀਂ ਜਲਦੀ ਮੈਂ ਤੁਹਾਡੇ ਕੁਐਸਚਨ ਪੁੱਛਿਆ ਤੁਸੀਂ ਜਲਦੀ ਜਲਦੀ ਆਨਸਰ ਦੇ ਠੀਕ ਹੈ ਜੀ ਠੀਕ ਹੈ ਭਾਅ ਜੀ ਜੀ ਕਰਦੇ ਆਪਾਂ ਸ਼ੁਰੂ ਕਰੋ ਜੀ ਭਾਅ ਜੀ ਮੇਰਾ ਪਹਿਲਾ ਸਵਾਲ ਕਿਹੜੇ ਪੰਜਾਬੀ ਐਕਟਰ ਨਾਲ ਭਾਵੇਂ ਫੀਮੇਲ ਹੋ ਸਕਦਾ ਹੈ ਜਾਂ ਮੇਲ ਐਕਟਰ ਨਾਲ ਤੁਸੀਂ ਚਾਹ ਸਮੋਸੇ 'ਤੇ ਜਾਣਾ ਚਾਹੋਗੇ ਚਾਹ ਸਮੋਸੇ 'ਤੇ ਕਿਹੜੇ ਪੰਜਾਬੀ ਐਕਟਰ ਨਾਲ ਮੈਂ ਬੀਨੂ ਬਾਈ ਨਾਲ ਚਲੇ ਜਾਊਂਗਾ ਬੀਨੂ ਬਾਈ ਜੀ ਨਾਲ ਹਾਂ ਰੀਜ਼ਨ ਕੋਈ ਕਿ ਵਧੀਆ ਉਹਦੇ ਦੇਖ ਚਾਹ ਸਮੋਸੇ 'ਤੇ ਬੀਨੂ ਬਾਈ ਨਾਲ ਬਹੁਤ ਵਧੀਆ ਮੇਲ ਹੋ ਸਕਦਾ ਸੋ ਆਈ ਥਿੰਕ ਬੈਟਰ ਆਪਸ਼ਨ ਆ ਭਾਅ ਜੀ ਦੋ ਚੀਜ਼ਾਂ ਤੁਹਾਡੀ ਜ਼ਿੰਦਗੀ 'ਚ ਤੁਸੀਂ ਭੁੱਲ ਜਾਂਦੇ ਹੋ ਅਕਸਰ ਕਰਨਾ ਪਰ ਤੁਹਾਨੂੰ ਪਤਾ ਜ਼ਿੰਦਗੀ 'ਚ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਦੋ ਚੀਜ਼ਾਂ ਇੱਦਾਂ ਦੀਆਂ ਕਿ ਜੇ ਭੁੱਲ ਜਾਣਾ ਇੱਦਾਂ ਮਤਲਬ ਜੋ ਕੁਛ ਮੈਂ ਸੋਚਦਾ ਹਾਂ ਉਹ ਮੈਂ ਕਰ ਹੀ ਲੈਂਦਾ ਮੈਂ ਭੁੱਲਦਾ ਤਾਂ ਕੁਛ ਨਹੀਂ ਕੋਈ ਆਦਤਾਂ ਹੁੰਦੀਆਂ ਯਾਰ ਇਹ ਆਦਤ ਹੈ ਆਪਾਂ ਨੂੰ ਬਦਲ ਹਾਂ ਨੌ ਖਾਣ ਦੀ ਇਹ ਕਈ ਵਾਰ ਮੈਂ ਬੜਾ ਕੁਛ ਕਰਦਾ ਨਹੀਂ ਮੈਂ ਸਾਰਾ ਦਿਨ ਕੰਟਰੋਲ ਕਰੀ ਰੱਖਦਾ ਸ਼ਾਮ ਨੂੰ ਆਪੇ ਖਾ ਹੋ ਜਾਂਦਾ ਸੋ ਇਹ ਜਿਹੜੀ ਆਦਤ ਮੈਂ ਬਦਲਣਾ ਚਾਹੁੰਦਾ ਠੀਕ ਹੈ ਭਾਅ ਜੀ ਫੇਵਰੇਟ ਪੰਜਾਬੀ ਡਿਸ਼ ਪੰਜਾਬੀ ਡਿਸ਼ ਫੇਵਰੇਟ ਸਾਗ ਜੀ ਆਲ ਟਾਈਮ ਫੇਵਰੇਟ ਮੱਕੀ ਦੀ ਰੋਟੀ ਅਤੇ ਸਰਸੋਂ ਦਾ ਸਾਗ ਭਾਅ ਜੀ ਕਿਸੇ ਪੁਰਾਣੇ ਗਾਣੇ ਦਾ ਤੁਸੀਂ ਰੀਮੇਕ ਕਰਨਾ ਚਾਹੋ ਤਾਂ ਕਿਸ ਗਾਣੇ ਦਾ ਕਰੋ ਮਿੱਤਰਾਂ ਦੀ ਨੂਣ ਦੀ ਰਲੀ ਅੱਛਾ ਜੀ ਆਇਆ ਸੀਗਾ ਇਹ ਗਾਣਾ ਧੂਰੀ ਸਾਹਿਬ ਦਾ ਉਹ ਗਾਣੇ ਦਾ ਮੈਂ ਦੋ ਲਾਈਨਾਂ ਉਹਦੀਆਂ ਹੋ ਜਾਣ ਮਿੱਤਰਾਂ ਦੀ ਨੂਣ ਦੀ ਡਲੀ ਮੈਂ ਕਿਹਾ ਮਿਸ਼ਰੀ ਬਰੋਬਰ ਜਾਣੀ ਨੀ ਮਿੱਤਰਾਂ ਦੀ ਗੜਬੀ ਦਾ ਮਿੱਠਾ ਅੰਮ੍ਰਿਤ ਵਰਗਾ ਪਾਣੀ ਨੀ ਉਹ ਮਿੱਤਰਾਂ ਦੀ ਨੂਣ ਦੀ ਡਲੀ ਕਿਆ ਬਾਤ ਹੈ ਕਿਆ ਬਾਤ ਹੈ ਭਾਅ ਜੀ ਅਗਲਾ ਕੁਸ਼ਚਨ ਭਾਅ ਜੀ ਤਿੰਨ ਚੀਜ਼ਾਂ ਮੈਰੀ ਡੇਟ ਅਤੇ ਕਿੱਲ ਹਾਂਜੀ ਠੀਕ ਹੈ ਭਾਅ ਜੀ ਤਿੰਨ ਤੁਹਾਨੂੰ ਆਪਸ਼ਨ ਦੇਵਾਂਗੇ ਸੋਨਮ ਬਾਜਵਾ ਨੀਰੂ ਬਾਜਵਾ ਅਤੇ ਸਰਗੁਣ ਮਹਿਤਾ ਕਿੰਨਾ ਤੁਸੀਂ ਮੈਰੀ ਕਰੋਗੇ ਕਿਹਨੂੰ ਡੇਟ ਕਰੋਗੇ ਕਿਹਨੂੰ ਕਿਲ ਕਰੋਗੇ ਯਾਰ ਇਹ ਗੱਲ ਔਖਾ ਕੰਮ ਹੈ ਦੇਖੋ ਮੈਰੀ ਵਾਲਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਮੈਂ ਵਿਆਹ ਠੀਕ ਹੈ ਉਹ ਤਾਂ ਮੈਂ ਵਿਆਹਿਆ ਹੋਇਆ ਠੀਕ ਉਹ ਤਾਂ ਆਪਸ਼ਨ ਗਈ ਠੀਕ ਹੈ ਅਤੇ ਜੇ ਮੈਂ ਡੇਟ ਕੀਤੀ ਉਹ ਚੰਗੀ ਗੱਲ ਨਹੀਂ ਹੈਗੀ ਚੰਗੇ ਪਤੀ ਲਈ ਅਤੇ ਕਿਸੇ ਨੂੰ ਮਾਰਨਾ ਮੇਰੇ ਹੱਕ 'ਚ ਵੈਸੇ ਨਹੀਂ ਸੋ ਤਿੰਨੇ ਆਰਟਿਸਟ ਬਹੁਤ ਕਮਾਲ ਨੇ ਬਹੁਤ ਹੀ ਵਧੀਆ ਜਵਾਬ ਦਿੱਤਾ ਤੁਸੀਂ ਚਲੋ ਕੋਈ ਨਾ ਆਪਾਂ ਅਗਲਾ ਕੁਸ਼ਚਨ ਪੁੱਛਦੇ ਹਾਂ ਜੀ ਜੇ ਤਿੰਨਾਂ ਵਿੱਚੋਂ ਤਿੰਨ ਨਾਮ ਲਊਂਗਾ ਉਹਨਾਂ ਨਾਲ ਡਿਊਟ ਗਾਉਣ ਦਾ ਮੌਕਾ ਮਿਲਿਆ ਤੁਸੀਂ ਤਿੰਨਾਂ 'ਚੋਂ ਕਿਹਦੇ ਨਾਲ ਗਾਓਗੇ ਨਿਮਰਤ ਖਹਿਰਾ ਸੁਨੰਦਾ ਸ਼ਰਮਾ ਅਨਮੋਲ ਗਗਨ ਮਾਨ ਮੈਂ ਜੀ ਡੂਇਟ ਸੁਨੰਦਾ ਸ਼ਰਮਾ ਨਾਲ ਗਾਲਾ ਠੀਕ ਹੈ ਭਾਜੀ ਹਾਂਜੀ ਭਾਜੀ ਜੇ ਤੁਸੀਂ ਪੰਜਾਬੀ ਇੰਡਸਟਰੀ ਵਿੱਚ ਨਾ ਆਉਂਦੇ ਤਾਂ ਤੁਸੀਂ ਕੀ ਕਰਦੇ ਫਿਰ ਮੈਂ ਜੇ ਪੰਜਾਬੀ ਇੰਡਸਟਰੀ 'ਚ ਨਾ ਆਉਂਦਾ ਹੋ ਸਕਦਾ ਮੈਂ ਹਿੰਦੀ ਇੰਡਸਟਰੀ 'ਚ ਹੁੰਦਾ ਮਤਲਬ ਹੁੰਦਾ ਮਿਊਜ਼ਿਕ 'ਚ ਮਿਊਜ਼ਿਕ 'ਚ ਠੀਕ ਹੈ ਭਾਜੀ ਭਾਜੀ ਜੇ ਤੁਹਾਨੂੰ ਗਾਇਬ ਹੋਣ ਦਾ ਮੌਕਾ ਮਿਲ ਜਾਏ ਤੁਸੀਂ ਸਭ ਤੋਂ ਪਹਿਲਾਂ ਕੀ ਕਰੋ ਮੈਂ ਮਿਸਟਰ ਇੰਡੀਆ ਬਣੂੰਗਾ ਮਜ਼ਾ ਕਰਦਾ ਬ੍ਰਦਰ ਜੇ ਮੈਂ ਗਾਇਬ ਹੋਣ ਦਾ ਮੌਕਾ ਮਿਲ ਗਿਆ ਨਾ ਮੈਨੂੰ ਤਾਂ ਮੈਂ ਜਿਹੜੇ ਮਤਲਬ ਕਹਿ ਲਓ ਵੀ ਉਹ ਕੀ ਹੁੰਦਾ ਨਾ ਉਹ ਇੱਕ ਮਿਸਟਰ ਇੰਡੀਆ ਕੀ ਕਰਦਾ ਹੁੰਦਾ ਬੁਰੇ ਲੋਕਾਂ ਨੂੰ ਹਾਂਜੀ ਅਤੇ ਬਸ ਮੈਂ ਵੀ ਉਹੀ ਕੰਮ ਕਰੂੰ ਠੀਕ ਹੈ ਭਾਜੀ ਭਾਜੀ ਹੁਣ ਤੁਹਾਨੂੰ ਤਿੰਨ ਚੀਜ਼ਾਂ ਦਾ ਨਾਮ ਲਿੱਤਾ ਜਾਊਗਾ ਤੁਸੀਂ ਤਿੰਨਾਂ 'ਚੋਂ ਕਿਹਨੂੰ ਚੂਜ਼ ਕਰੋਗੇ ਸਿੰਗਿੰਗ ਲਿਰਿਕਸ ਮਿਊਜ਼ਿਕ ਕੰਪੋਜੀਸ਼ਨ ਇਹ ਸਾਰੀਆਂ ਚੀਜ਼ਾਂ ਮੇਰੇ ਖੂਨ 'ਚ ਹੈ ਅਤੇ ਮੈਂ ਹੁਣ ਇਹਨਾਂ ਨੂੰ ਇਹਨਾਂ 'ਚ ਆਪਾਂ ਵੰਡ ਨਹੀਂ ਕਰ ਸਕਦੇ ਕਿਉਂਕਿ ਬੇਸਿਕਲੀ ਦੇਖਿਆ ਜਾਵੇ ਇਹ ਤਿੰਨੇ ਚੀਜ਼ਾਂ ਇੱਕ ਹੀ ਆ ਇੱਕ ਹੀ ਇਹ ਇਹਨਾਂ ਨੂੰ ਆਪਾਂ ਡਿਵਾਈਡ ਕਰ ਹੀ ਨਹੀਂ ਸਕਦੇ ਕਿਸੇ ਵੀ ਤਰੀਕੇ ਕੋਈ ਵੀ ਬੰਦਾ ਆ ਜਿਹਨੂੰ ਮਿਊਜ਼ਿਕ ਦੀ ਸੈਂਸ ਆ ਕੋਈ ਵੀ ਇਨਸਾਨ ਆ ਜੋ ਦੇਖੋ ਕੋਈ ਵੀ ਸਿੰਗਰ ਆ ਉਹਨੂੰ ਓਬਵੀਅਸ ਆ ਜੇ ਮਿਊਜ਼ਿਕ ਦੀ ਸੈਂਸ ਆ ਲਿਰਿਕਸ ਦੀ ਸੈਂਸ ਆ ਤਾਂ ਹੀ ਉਹ ਜਿਹੜੀ ਚੀਜ਼ ਕਰਦਾ ਇਹਦੇ ਵਿੱਚ ਮੈਨੂੰ ਲੱਗਦਾ ਨਹੀਂ ਕੋਈ ਵਿਖਰੇਵਾਂ ਸੋ ਮੇਰੇ ਲਈ ਸਤਿ ਨੇ ਚੀਜ਼ਾਂ ਇੱਕ ਠੀਕ ਹੈ ਭਾਅ ਜੀ ਪਰ ਤੁਸੀਂ ਜੇ ਆਹ ਜਰਨੀ ਸ਼ੁਰੂ ਕੀਤੀ ਤੁਸੀਂ ਕੀ ਸੋਚ ਕੇ ਸ਼ੁਰੂ ਕੀਤੀ ਸੀ ਗਾਣਾ ਗਾਉਣਾ ਸਿੰਗਿੰਗ ਕਰਨੀ ਹੈ ਕਿ ਕੁਛ ਹੋਰ ਕਰਨਾ ਮੈਂ ਲਾਈਕ ਸਿੰਗਰ ਬਣਨ ਦੀ ਹੀ ਸੋਚੀ ਸੀ ਔਰ ਜਿਹੜੀਆਂ ਇਹ ਚੀਜ਼ਾਂ ਆ ਮੈਂ ਨਾਲ ਦੀ ਨਾਲ ਜਿੱਦਾਂ ਲਿਰਿਕਸ ਦਾ ਕਹਿ ਲਓ ਮਿਊਜ਼ਿਕ ਦਾ ਇਹ ਮੇਰੀ ਨੌਲੇਜ 'ਚ ਵਾਧਾ ਹੈ ਮੈਂ ਆਪਣੇ ਆਪ ਸਿੱਖਦਾ ਰਹਿੰਦਾ ਮੈਂ ਹੁਣ ਵੀ ਸਿੱਖਦਾ ਹਾਂ ਸੋ ਸਿੱਖਣਾ ਜ਼ਰੂਰੀ ਹੈ ਸੋ ਇਹ ਮੇਰੀ ਕਹਿ ਲਓ ਇਹ ਤੁਹਾਡੇ ਤੋਂ ਕੋਈ ਖੋ ਨਹੀਂ ਸਕਦਾ ਭਾਅ ਜੀ ਹੁਣ ਇਹ ਵੀ ਥੋੜ੍ਹਾ ਜਿਹਾ ਔਖਾ ਹੀ ਹੈ ਤੁਹਾਨੂੰ ਸਵਾਲ ਦਾ ਜਵਾਬ ਦੇਣਾ ਇੰਨਾ ਵੀ ਤੁਹਾਨੂੰ ਤਿੰਨਾਂ 'ਚ ਇੱਕ ਨੂੰ ਚੂਜ਼ ਕਰਨਾ ਅਲਫਾਜ਼ ਹਨੀ ਸਿੰਘ ਮਲਕੀਤ ਸਿੰਘ ਮਲਕੀਤ ਸਿੰਘ
ਕਿਆ ਬਾਤ ਹੈ ਭਾਜੀ ਹੁਣ ਇਹ ਤੁਹਾਡਾ ਫਸਟ ਰਾਊਂਡ ਹੋ ਗਿਆ ਗੇਮਸ ਕਿਉਂਕਿ ਮਲਕੀਤ ਭਾਜੀ ਤੋਂ ਮੈਂ ਬਹੁਤ ਕੁਛ ਸਿੱਖਿਆ ਜ਼ਿੰਦਗੀ ਦੇ ਵਿੱਚ ਔਰ ਮਲਕੀਤ ਭਾਜੀ ਨਾਲ ਮੈਂ ਜ਼ਿੰਦਗੀ ਦੇ ਬੜੇ ਸਾਲ ਉਹਨਾਂ ਨਾਲ ਸਟੇਜਾਂ 'ਤੇ ਜਾ ਕੇ ਕੋਰਸ ਕੀਤਾ ਹੈ ਔਰ ਭਾਜੀ ਦਾ ਦੇਣ ਜਿਹੜਾ ਮੇਰੀ ਜ਼ਿੰਦਗੀ 'ਚ ਬਹੁਤ ਵੱਡਾ ਹੈ ਠੀਕ ਹੈ ਭਾਜੀ ਇਹਦੇ 'ਚ ਇੱਕ ਕੁਐਸਚਨ ਹੋਰ ਆ ਗਿਆ ਆਪਣੇ ਵਿੱਚੋਂ ਹੀ ਨਿਕਲ ਗਿਆ ਕਿ ਵੀ ਜਦੋਂ ਤੁਸੀਂ ਪਰਫੋਰਮ ਕਰਦੇ ਹੋ ਕਦੇ ਹੋਇਆ ਕਿਸੇ ਫੈਨ 'ਤੇ ਗੁੱਸਾ ਆਇਆ ਹੋਵੇ ਯਾਰ ਇਰੀਟੇਟ ਕਰ ਰਿਹਾ ਅਤੇ ਤੁਸੀਂ ਬਾਅਦ 'ਚੋਂ ਰਿਗਰੈਟ ਕੀਤਾ ਇੱਦਾਂ ਕੋਈ ਨਹੀਂ ਕਰਦਾ ਕੋਈ ਵੀ ਫੈਨ ਤੁਹਾਨੂੰ ਇਰੀਟੇਟ ਨਹੀਂ ਕਰਦਾ ਜਿਹੜੇ ਉਹ ਤੁਹਾਨੂੰ ਪਿਆਰ ਕਰਦੇ ਨੇ ਉਹ ਤੁਹਾਨੂੰ ਇਰੀਟੇਟ ਕਿੱਦਾਂ ਕਰ ਸਕਦੇ ਨਹੀਂ ਕਈ ਵਾਰ ਹੁੰਦਾ ਵੀ ਤੁਸੀਂ ਥੱਕੇ ਬਹੁਤ ਹੁੰਦੇ ਹੋ ਉਹ ਕਹਿੰਦੇ ਨਹੀਂ ਭਾਜੀ ਫਿਰ ਤੁਸੀਂ ਜੇ ਥੱਕੇ ਹੋ ਤਾਂ ਘਰੇ ਬਹਿ ਜਾਓ ਨਾ ਗਾਉਣ ਕਿਉਂ ਜਾਂਦੇ ਸਹੀ ਗੱਲ ਠੀਕ ਹੈ ਨਾ ਉਹ ਤੁਹਾਨੂੰ ਪਿਆਰ ਕਰਦੇ ਨੇ ਉਹ ਤੁਹਾਨੂੰ ਸੁਣਨ ਆਉਂਦੇ ਨੇ ਔਰ ਤੁਹਾਡਾ ਫਰਜ਼ ਬਣਦਾ ਅਖਲਾਕੀ ਫਰਜ਼ ਬਣਦਾ ਕਿ ਤੁਸੀਂ ਆਪਣੇ ਜਿਹੜੇ ਸਰੋਤੇ ਨੇ ਉਹਨਾਂ ਨੂੰ ਪੂਰਾ ਇੰਟਰਟੇਨ ਕਰਕੇ ਆਓ ਕਿਉਂਕਿ ਤੁਹਾਨੂੰ ਉਹਨਾਂ ਨੇ ਬਣਾਇਆ ਹੈ ਠੀਕ ਹੈ ਸੋ ਤੁਹਾਨੂੰ ਤਾਂ ਸ਼ੁਕਰਗੁਜ਼ਾਰ ਕਰਦੇ ਨਹੀਂ ਸਕਣਾ ਚਾਹੀਦਾ ਠੀਕ ਹੈ ਭਾਜੀ ਭਾਜੀ ਹੁਣ ਆਪਾਂ ਇੱਕ ਵਰਡ ਲਊਂਗਾ ਠੀਕ ਹੈ ਮੈਂ ਵਰਡ ਬੋਲੂੰਗਾ ਉਸ ਵਰਡ ਨਾਲ ਰਿਲੇਟਿਡ ਤੁਹਾਡੇ ਦਿਮਾਗ 'ਚ ਕੁਝ ਵੀ ਆਉਂਦਾ ਤੁਸੀਂ ਬੋਲਣਾ ਬੋਲਣਾ ਉਸੇ ਟਾਈਮ 'ਚ ਠੀਕ ਹੈ ਸਭ ਤੋਂ ਪਹਿਲਾਂ ਵਰਡ ਯਾਰੀ 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 ਨਾਲੋਂ ਵੱਧ ਚੀਜ਼ ਪਿਆਰੀ ਕੋਈ ਨਾ ਤਾਂ ਫੋਕਰੇ ਬੰਦੇ ਨਾਲ ਸਾਡੀ ਯਾਰੀ ਕਿਆ ਬਾਤ ਹੈ ਅਗਲਾ ਪੰਜਾਬੀ ਇੰਡਸਟਰੀ ਪੰਜਾਬੀ ਇੰਡਸਟਰੀ ਬਹੁਤ ਪੰਜਾਬੀ ਇੰਡਸਟਰੀ ਜਿਹੜੀ ਹੈਗੀ ਬਹੁਤ ਚੰਗੀ ਇੰਡਸਟਰੀ ਹੈ ਔਰ ਪਰਮਾਤਮਾ ਇਹਨਾਂ 'ਚ ਥੋੜ੍ਹਾ ਪਿਆਰ ਵਧਾਵੇ ਅਦਰਵਾਈਜ਼ ਇੰਡਸਟਰੀ ਦਾ ਕਮਾਲ ਹੈ ਔਰ ਪੰਜਾਬੀ ਇੰਡਸਟਰੀ ਨੇ ਇੰਨਾ ਕੁਛ ਦਿੱਤਾ ਆ ਜਿੰਨਾ ਅੱਜ ਜੇ ਕਿਸੇ ਇਸ ਬਦੌਲਤ ਆ ਕਿ ਲੋਕ ਮੈਨੂੰ ਪਛਾਣਦੇ ਨੇ ਪਿਆਰ ਕਰਦੇ ਨੇ ਉਹ ਸਾਰਾ ਪੰਜਾਬੀ ਇੰਡਸਟਰੀ ਦੀ ਬਦੌਲਤ ਕਾਲਜ ਕਾਲਜ ਇੱਕ ਮਿੱਠੀਆਂ ਯਾਦਾਂ ਜਿਹੜੀਆਂ ਜ਼ਿੰਦਗੀ ਭਰ ਇਨਸਾਨ ਦੇ ਨਾਲ ਇੱਕ ਕਹਿ ਲਓ ਵੀ ਸਾਥ ਬਣ ਕੇ ਚੱਲਦੀਆਂ ਤੁਸੀਂ ਭਾਵੇਂ ਬਜ਼ੁਰਗ ਵੀ ਹੋ ਜਾਓ ਤੁਸੀਂ ਆਰਾਮ ਨਾਲ ਬੈਡਾਂ 'ਤੇ ਵੀ ਬੈਠੇ ਜਦੋਂ ਤੁਹਾਨੂੰ ਕਾਲਜ ਦੀ ਯਾਦ ਆਉਂਦੀ ਹੈ ਜਾਂ ਕਾਲਜ ਦੀ ਕੋਈ ਗੱਲ ਯਾਦ ਆਉਂਦੀ ਹੈ ਤੁਹਾਡਾ ਜ਼ਿੰਦਗੀ ਕੀ ਜ਼ਹਿਨ ਕੀ ਇੱਕਦਮ ਤਰੋ ਤਾਜ਼ਾ ਹੋ ਜਾਂਦਾ ਅਤੇ ਸਵਾਦ ਆ ਜਾਂਦਾ ਫੈਮਲੀ ਫੈਮਲੀ ਦੀ ਇੰਪੋਰਟੈਂਸ ਬਹੁਤ ਜ਼ਿਆਦਾ ਹੈ ਲਾਈਫ 'ਚ ਔਰ ਪਰਿਵਾਰ ਜਿਹੜਾ ਹੈ ਨਾ ਉਹ ਇਕੱਠਾ ਹੀ ਚੰਗਾ ਲੱਗਦਾ ਵਿਖਰੇ ਪਰਿਵਾਰ ਚੰਗੇ ਨਹੀਂ ਲੱਗਦੇ ਠੀਕ ਹੈ ਭਾਅ ਜੀ ਮਨੀ ਔਜਲਾ ਮਨੀ ਔਜਲਾ ਤੁਹਾਡਾ ਆਪਣਾ ਬਣਾਇਆ ਮਨੀ ਔਜਲਾ ਔਰ ਤੁਸੀਂ ਹਮੇਸ਼ਾ ਪਿਆਰ ਦਿੱਤਾ ਇੱਦਾਂ ਹੀ ਪਿਆਰ ਦਿੰਦੇ ਰਹੋ ਤਾਂ ਹੀ ਮਨੀ ਔਜਲਾ ਠੀਕ ਹੈ ਭਾਅ ਜੀ ਭਾਅ ਜੀ ਹੁਣ ਅਗਲੀ ਗੇਮ ਖੇਲਦੇ ਹਾਂ ਨੈਵਰ ਹੈਵ ਆਈ ਐਵਰ ਇਹਦੇ ਜਿਹੜੀ ਚੀਜ਼ ਜੇ ਤੁਸੀਂ ਕੀਤੀ ਹੈ ਤਾਂ ਆਈ ਹੈਵ ਜੇ ਨਹੀਂ ਕੀਤੀ ਤਾਂ ਨੈਵਰ ਉੱਧਰ ਕਰ ਦਿਓ ਅੱਛਾ ਇਹ ਭਾਈ ਪੁੱਠੇ ਸਵਾਲ ਨਹੀਂ ਪੁੱਛਣੇ ਠੀਕ ਹੈ ਭਾਅ ਜੀ ਬਹੁਤ ਹੀ ਸਿੰਪਲ ਹੈ ਹਾਂਜੀ ਠੀਕ ਹੈ ਪਰ ਬੋਲਣਾ ਸੱਚ ਹੈ ਵੀਰੇ ਬਿਲਕੁਲ ਠੀਕ ਹੈ ਪਹਿਲਾ ਸਵਾਲ ਤੁਹਾਡਾ ਤੁਸੀਂ ਕਦੇ ਸ਼ੈਂਪੂ ਹੋਟਲ ਰੂਮ 'ਚੋਂ ਚੋਰੀ ਕੀਤਾ ਹੋਵੇ ਨੈਵਰ ਕਿਸੇ ਯਾਰ ਦੋਸਤ ਨੂੰ ਪ੍ਰੈਂਕ ਕਾਲ ਕੀਤੀ ਹੋਵੇ ਆਈ ਹੈਵ ਭਾਅ ਜੀ ਐਕਸਪੀਰੀਅੰਸ ਸੁਣਾਓ ਫਿਰ ਭਾਅ ਜੀ ਉੱਦਾਂ ਹੀ ਮੈਂ ਬਥੇੜੇ ਡਰਾਏ ਆ ਰਾਈ ਤਾਂ ਬਾਹਾਂ ਹਾਂ ਇੱਕ ਵਾਰੀ ਮੈਨੂੰ ਯਾਦ ਹੈ ਕੋਈ ਮੇਰਾ ਵੀਰ ਸੀ ਅਤੇ ਮਿਊਜ਼ਿਕ ਡਾਇਰੈਕਟਰ ਹੀ ਹੈ ਆਪਣੀ ਇੰਡਸਟਰੀ 'ਚ ਤਾਂ ਮੈਂ ਫੋਨ ਕੀਤਾ ਹੈਗਾ ਹੈਲੋ ਕੌਣ ਬੋਲੋ ਵੀ ਕਾਕਾ ਅਤੇ ਉਹ ਕਹਿੰਦਾ ਭਾਅ ਜੀ ਹਾਂਜੀ ਉਹਨੇ ਆਪਣਾ ਨਾਮ ਲਿਆ ਮੈਂ ਕਿਹਾ ਮੈਂ ਸੱਚੋ ਬੋਲਦਾ ਹਾਂ ਅਤੇ ਆ ਤੂੰ ਕਿਸੇ ਦੇ ਤੂੰ ਵੀ ਕਿਸੇ ਦੇ ਗੀਤ 'ਚ ਪਾਤੀ ਅਤੇ ਤੈਨੂੰ ਆ ਕੇ ਥਾਣੇ ਰਿਪੋਰਟ ਕਰਨੀ ਪੈਣੀ ਉਹ ਵਿਚਾਰੇ ਨੇ ਡਰ ਕੇ ਫਿਰ ਮੇਰਾ ਇੱਕ ਫਰੈਂਡ ਆ ਉਹਨੂੰ ਫੋਨ ਕੀਤਾ ਯਾਰ ਮੈਨੂੰ ਠਾਣੇ ਫੋਨ ਆ ਗਿਆ ਉਹ ਕਹਿੰਦੇ ਕਿਸੇ ਦੀ ਤੂੰ ਵੀ ਕਿਸੇ ਦਾ ਢੋਲ ਕਿਸੇ ਦੇ ਗੀਤ 'ਚ ਪਾ ਦਾ ਅਤੇ ਉਹ ਬੜਾ ਫਨ ਹੋਇਆ ਸੀ ਠੀਕ ਹੈ ਭਾਅ ਜੀ ਮਤਲਬ ਤੁਸੀਂ ਕਰਦੇ ਰਹਿੰਦੇ ਤੁਸੀਂ ਹੱਸ ਮੁੱਖ ਬਹੁਤ ਜੀ ਬਹੁਤ ਠੀਕ ਹੈ ਭਾਅ ਜੀ ਅਗਲਾ ਕੁਸ਼ਚਨ ਤੁਹਾਡੇ ਤੋਂ ਕਿਸੇ ਨੂੰ ਸੋਸ਼ਲ ਮੀਡੀਆ 'ਤੇ ਸਟੋਕ ਕੀਤਾ ਹੋਵੇ ਅਤੇ 4-5 ਸਾਲ ਪੁਰਾਣੀ ਫੋਟੋ ਗਲਤੀ ਨਾਲ ਲਾਈਕ ਕੀਤੀ ਹੋ ਗਈ ਹੋਵੇ ਸੋਸ਼ਲ ਮੀਡੀਆ 'ਤੇ ਸਟੋਕ ਨਹੀਂ ਭਾਅ ਜੀ ਇੱਕ ਮਿੰਟ ਨੈਵਰ ਠੀਕ ਹੈ ਹਾਂਜੀ ਹਾਂਜੀ ਪਹਿਲੀ ਵਾਰੀ 'ਚ ਕਿਸੇ ਨੂੰ ਮੂੰਹ 'ਤੇ ਮੁੱਕਾ ਮਾਰਨ ਦਾ ਜੀ ਕੀਤਾ ਹੋਵੇ ਆਈ ਹੈਵ ਇਹ ਕਾਲਜ ਦੀਆਂ ਯਾਦਾਂ ਭਾਅ ਜੀ ਇਸ ਕਰਕੇ ਇਹਨੂੰ ਆਈ ਹੈਵ ਤਾਂ ਮੈਂ ਕਹਿਤਾ ਠੀਕ ਹੈ ਭਾਅ ਜੀ ਕਿਸੇ ਨੂੰ ਆਪਦਾ ਫੇਕ ਫੋਨ ਨੰਬਰ ਦਿੱਤਾ ਹੋਵੇ ਨੈਵਰ ਠੀਕ ਹੈ ਮੇਰੇ ਫੋਨ ਨੰਬਰ ਈਵਨ ਕਿ ਜਿਹੜੇ ਮੇਰੇ ਜਿਹੜਾ ਮੈਂ ਵੀ ਫੋਨ ਨੰਬਰ ਚੱਕਦਾ ਹਾਂ ਉਹ ਵੀ ਮੇਰੇ ਫੈਨ ਪੇਜ 'ਤੇ ਪਏ ਅੱਛਾ ਜੀ ਸੋ ਇੱਦਾਂ ਦਾ ਕੁਛ ਨਹੀਂ ਇਹ ਤਾਂ ਆਪਣੇ ਫੈਨਸ ਦੀ ਬਦੌਲਤ ਆ ਔਰ ਉਹਦੇ ਵਿੱਚ ਹੀ ਨੰਬਰ ਹੈ ਜਿਹੜਾ ਮਰਜ਼ੀ ਤੁਸੀਂ ਮਿਲਾ ਲਿਓ ਮੈਂ ਚੱਕ ਲਊ ਇੱਕ ਨੰਬਰ ਹੈ ਉਹਨਾਂ 4 ਨੰਬਰਾਂ 'ਚੋਂ ਕਿਹੜੀ ਤਾਂ ਮਰਜ਼ੀ ਕਰ ਲਿਓ ਠੀਕ ਹੈ ਭਾਅ ਜੀ ਅਤੇ ਭਾਅ ਜੀ ਕਿਸੇ ਟਾਈਮ ਤੁਸੀਂ ਸ਼ੂਟਿੰਗ 'ਤੇ ਜਾਣ ਤੋਂ ਮਨਾ ਕਰ ਦਿੱਤਾ ਹੋਵੇ ਕੋਈ ਬਹਾਨਾ ਮਾਰ ਕੇ ਨੈਵਰ ਕੰਮ ਬਹੁਤ ਕਹਿ ਲਓ ਮਿਹਨਤਾਂ ਕਰ ਕਰ ਰੱਬ ਤੋਂ ਮੰਗੀਦਾ ਔਰ ਪਰਮਾਤਮਾ ਤੁਹਾਨੂੰ ਉਸ ਚੀਜ਼ ਨਾਲ ਨਿਵਾਜਦਾ ਹੈ ਤੁਹਾਨੂੰ ਤਾਂ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਕਿ ਬਾਬੇ ਨੇ ਇੰਨਾ ਕੁਛ ਦਿੱਤਾ ਅਤੇ ਕੰਮ ਤੋਂ ਕਿਉਂ ਭੱਜਣ ਠੀਕ ਹੈ ਭਾਅ ਜੀ ਹੁਣ ਆਪਾਂ ਹੋ ਗਏ ਹਾਂਜੀ ਗੇਮ ਹੋ ਗਈ ਤੁਸੀਂ ਬਹੁਤ ਵਧੀਆ ਖੇਡੇ ਭਾਅ ਜੀ ਅਤੇ ਭਾਅ ਜੀ ਤੁਸੀਂ ਮੈਂ ਤੁਹਾਨੂੰ ਪੁੱਛ ਸਕਦਾ ਹਾਂਜੀ 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 ਭਾਅ ਜੀ ਭਾਅ ਜੀ ਤੁਸੀਂ ਕਿੰਨੀਆਂ ਸਹੇਲੀਆਂ ਨੂੰ ਹੱਗ ਕੀਤਾ ਮਤਲਬ ਇਕੱਠੇ ਕੀਤਾ ਜਾਂ ਇਕੱਲੇ ਇਕੱਲੇ ਕੀਤਾ ਜਾਂ ਕੀਤਾ
ਕੀਤਾ ਕਿ ਹਾਂ ਕੀਤਾ ਕਿ ਨਹੀਂ ਕੀਤਾ ਕਿੰਨੀਆਂ ਨੂੰ ਕੀਤਾ ਭਾਅ ਜੀ ਭਾਜੀ ਕੋਈ ਸੱਚੀ ਦੱਸਣਾ ਭਾਅ ਜੀ ਝੂਠ ਨਹੀਂ ਬੋਲਣਾ ਇੱਥੇ ਦੋ ਨੂੰ ਕੀਤਾ ਨਹੀਂ ਭਾਅ ਜੀ ਦੋ ਸਿਰਫ ਦੋ ਦੋ ਕੀ ਹੁੰਦਾ ਭਾਅ ਜੀ ਮਤਲਬ ਦੋ ਨੂੰ ਕੀਤਾ ਦੋ ਨੂੰ ਕੀਤਾ ਭਾਅ ਜੀ ਦੋਨਾਂ ਦੇ ਨਾਮ ਦੱਸੋ ਫਟਾਫਟ ਯਾਰ ਕੀ ਬੋਲਾਂ ਭਾਜੀ ਜੇ ਆਹ ਬੋਲਤਾ ਤਾਂ ਮੇਰੇ ਲਈ ਪੰਗਾ ਹੋ ਜਾਊ ਕੋਈ ਗੱਲ ਨਹੀਂ ਭਾਜੀ ਤੀਜੀ ਨੂੰ ਪਾ ਲਿਓ ਹੋਣ ਦਿਓ ਹਾਂ ਚਲੋ 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 ਭਾਜੀ ਬੋਲੋ 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 ਸਿਮਰਨ ਅਤੇ ਸੁਨੇਹਾ ਦੋਨੋਂ ਐਸ ਤੋਂ ਹੈ ਜੀ ਭਾਜੀ ਐਸ ਵਰਡ ਹੀ ਆਪਣੇ ਲਈ ਲੱਕੀ ਹੈ ਸ਼ੂਜ਼ ਵੀ ਭਾਜੀ ਆਪਣਾ ਐਸ ਤੋਂ ਆਉਂਦੇ ਨੇ ਸੋ ਮੇਰੇ ਖਿਆਲ ਉਹ ਤਿਆਰੀ ਹੋ ਗਈ ਹੋਣੀ ਚਲੋ ਬਾਕੀ ਦੇਖੀ ਜਾਊਗੀ ਹੁਣ ਅਗਲਾ ਪੁੱਛੋ ਹਾਂਜੀ ਭਾਜੀ ਹੁਣ ਆਪਾਂ ਅਗਲਾ ਇਹ ਗੇਮ ਖਤਮ ਹੋ ਗਈ ਹੈ ਹੁਣ ਤੁਹਾਡੇ ਸਭ ਮਤਲਬ ਮੈਂ ਤੁਹਾਨੂੰ ਇਸ ਲਈ ਕਿਹਾ ਹੁਣ ਜਿਹੜੀ ਗੇਮ ਖੇਡੋਗੇ ਸੋਚ ਕੇ ਖੇਡ ਭਾਜੀ ਹੁਣ ਗੇਮ ਖਤਮ ਹੀ ਹੋ ਗਏ ਹੁਣ ਤੁਸੀਂ ਬੋਲਤਾ ਮੈਂ ਗੇਮ ਹੀ ਖੇਡ ਭਾਜੀ ਹੁਣ ਤੁਹਾਡੇ ਗਾਣੇ ਤੇ ਆ ਜਾਂਦੇ ਆਪਾਂ ਵਾਪਿਸ ਠੀਕ ਹੈ ਤੁਸੀਂ ਗਾਣੇ ਦੀ ਪਹਿਲੇ ਦੋ ਤਿੰਨ ਲਾਈਨਾਂ ਗਾ ਕੇ ਸੁਣਾਓ ਜੀ ਪਹਿਲਾ ਦਿਨ ਕਾਲਜ ਦਾ ਜਿੱਦੇ ਪਹਿਲੀ ਵਾਰ ਮਿਲੇ ਉਹ ਛਿੜ ਗਈਆਂ ਦਿਲ ਦੀਆਂ ਤਾਰਾਂ ਲੈਕਚਰ ਹਾਲ ਦੇ ਬਾਹਰ ਮਿਲੇ ਜਾਂਦੇ ਸੀ ਜਨਾਬ ਜੀ ਲੈ ਕੇ ਕਿਤਾਬ ਮੈਂ ਲੈ ਕੇ ਗੁਲਾਬ ਅੱਗੇ ਜਾ ਖੜਿਆ ਉਹ ਗਈ ਸੰਗ ਤੇ ਪਲਕਾਂ ਬੰਦ ਮੈਨੂੰ ਕਹਿੰਦੀ ਰਾਹ ਛੱਡ ਦੇ ਵੇ ਅੜਿਆ ਭਾਜੀ ਮੇਰੇ ਦਿਲ 'ਚ ਜਵਾਬ ਜ਼ਰੂਰ ਕੁਸ਼ਚਨ ਜ਼ਰੂਰ ਆ ਰਿਹਾ ਤਾਂ ਜਵਾਬ ਦੇਈਓ ਤੁਹਾਡਾ ਪਰਸਨਲ ਐਕਸਪੀਰੀਅੰਸ ਹੈ ਭਾਜੀ ਬਿਲਕੁਲ ਤਾਂ ਹੀ ਤਾਂ ਲਿਖਿਆ ਬਿਲਕੁਲ ਮੈਂ ਤੁਹਾਡੇ ਵਾਂਗੂ ਲੁਕਾਉਂਗਾ ਥੋੜ੍ਹੀ ਮੈਂ ਭਾਜੀ ਸਿੱਧਾ ਹਾਂ ਬਿਲਕੁਲ ਜੀ ਪਰਸਨਲ ਐਕਸਪੀਰੀਅੰਸ ਤਾਂ ਹੀ ਲਿਖਿਆ ਠੀਕ ਹੈ ਭਾਜੀ ਜਾਣ ਤੋਂ ਪਹਿਲਾਂ ਜਿਹੜੇ ਦਰਸ਼ਕ ਤੁਸੀਂ ਦੇਖ ਰਹੇ ਹੋ ਤੁਹਾਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਮੈਂ ਇੱਕੋ ਮੈਸੇਜ ਦੇਣਾ ਚਾਹੂੰਗਾ ਜੀ ਕਿ ਤੁਸੀਂ ਹਮੇਸ਼ਾ ਮੇਰੇ ਗੀਤਾਂ ਨੂੰ ਬਹੁਤ ਪਿਆਰ ਦਿੱਤਾ ਅਤੇ ਪੂਰੀ ਉਮੀਦ ਆ ਵੀ ਤੁਸੀਂ ਇਸ ਗੀਤ ਨੂੰ ਵੀ ਉਵੇਂ ਭਰਵਾਂ ਹੰਗਾਰਾ ਦਊਂਗੇ ਔਰ ਦਿਲੋਂ ਤੁਹਾਡਾ ਸਾਰਿਆਂ ਦਾ ਹਮੇਸ਼ਾ ਪਿਆਰ ਦੇਣ ਲਈ ਸਤਿ ਧੰਨਵਾਦ ਆ ਅਤੇ ਲਵ ਯੂ ਆਲ ਆ ਸਤਿ ਸ਼੍ਰੀ ਅਕਾਲ ਭਾਅ ਜੀ ਥੈਂਕ ਯੂ ਵੈਰੀ ਮਚ ਆਲ ਦਾ ਬੈਸਟ ਇਸ ਪ੍ਰੋਜੈਕਟ ਲਈ ਵੀ ਆਨ ਵਾਲੇ ਪ੍ਰੋਜੈਕਟ ਲਈ ਵੀ ਦਿਸ ਵਾਜ਼ ਗਗਨ ਵਾਟਸ ਫਰੋਮ ਪੰਜਾਬੀ ਮੇਨੀਆ ਸਾਈਨਿੰਗ ਆਫ